ਹੈਲੋ ਐਵਰੀਵਨ, ਤਾਂ ਸੰਧੀਸ ਸਟੱਡੀ ਸੋਲੂਸ਼ਨ ਸੰਧੀਸ ਇੰਸਟੀਚਿਊਟ ਪਟਿਆਲਾ ਦੇ ਵਿੱਚ 2024 ਦੇ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਜਿਹੜੀ ਪ੍ਰੈਪਰੇਸ਼ਨ ਕਰਵਾਈ ਜਾ ਰਹੀ ਹੈ ਉਹਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਅੱਜ ਦੱਸਿਆ ਜਾਏਗਾ। ਥੋੜ੍ਹਾ ਜਿਹਾ ਆਲਰੇਡੀ ਵੀਡੀਓ ਅਪਲੋਡ ਹੋ ਚੁੱਕੀ ਹੈ, ਕੱਲ੍ਹ ਹੀ ਹੋਈ ਹੈ, ਤਾਂ ਉਹ ਤੁਸੀਂ ਦੇਖ ਸਕਦੇ ਹੋ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਅੱਛੀ ਓਪਰਚੁਨਿਟੀ ਹੈ ਔਰ ਆਪਣੇ ਬਹੁਤ ਸਾਰੇ ਸਟੂਡੈਂਟਸ ਇਹ ਡ੍ਰੀਮ ਕਰ ਰਹੇ ਨੇ ਕਿ ਇਸ ਵਾਰ ਇਹ ਇਗਜ਼ਾਮ ਪਲੱਸ ਇਹਦੇ ਨਾਲ ਜਿਹੜਾ ਆਪਣਾ ਸਬ ਇੰਸਪੈਕਟਰ ਦਾ ਇਗਜ਼ਾਮ ਕਰੈਕ ਕਰ ਪਾਉਣ, ਤਾਂ ਸਪੈਸ਼ਲ ਜੋ ਪੋਸਟ ਹੈ ਉਹਦੇ ਲਈ ਅਸੀਂ ਇੱਕ ਸਪੈਸ਼ਲ ਕਵਰੇਜ ਕਰਾਂਗੇ। GK ਦੀ ਜ਼ਿੰਮੇਵਾਰੀ ਮੇਰੀ ਹੋਏਗੀ ਔਰ ਮੈਥਸ ਮੈਂ ਕਰਵਾਵਾਂਗੀ। ਦੇਖੋ, ਜ਼ਿਆਦਾਤਰ ਸਟੂਡੈਂਟਸ ਨੂੰ ਮੈਥਸ ਔਰ ਰੀਜ਼ਨਿੰਗ ਦੇ ਵਿੱਚ ਬਹੁਤ ਪ੍ਰੋਬਲਮ ਹੈ ਜਿਹੜੀ ਆਉਂਦੀ ਹੈਗੀ ਹੈ। ਜਿੰਨੇ ਵੀ ਅਗਰ ਆਪਾਂ ਪੰਜਾਬ ਦੇ ਵਿੱਚ ਜਿਹੜੇ ਇਗਜ਼ਾਮ ਹੁੰਦੇ ਨੇ, ਜ਼ਿਆਦਾਤਰ ਸਟੂਡੈਂਟ ਦੀ ਇਹ ਪ੍ਰੋਬਲਮ ਹੁੰਦੀ ਹੈਗੀ ਹੈ। ਤਾਂ ਆਪਾਂ ਜੋ ਮੈਥਸ ਕਰਨਾ ਹੈਗਾ ਬਿਲਕੁਲ ਦੇਸੀ ਤਰੀਕੇ ਦੇ ਨਾਲ ਆਪਾਂ ਮੈਥਸ ਕਰਾਂਗੇ, 0 level ਤੋਂ ਆਪਾਂ ਮੈਥਸ ਕਰਾਂਗੇ, ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਆਵੇ। ਜੋ ਬਾਇਲਿੰਗੁਅਲ ਵਾਲਾ ਵੀ ਇੱਕ ਇਸ਼ੂ ਹੈ ਜਿਹੜਾ ਸਟੂਡੈਂਟਸ ਨੂੰ ਆਉਂਦਾ ਹੈਗਾ, ਆਪਾਂ ਉਹ ਬਾਇਲਿੰਗੁਅਲ ਵਾਲਾ ਇਸ਼ੂ ਹੀ ਖਤਮ ਕਰ ਦੇਣਾ ਹੈਗਾ ਇਸ ਵਾਰ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਮੈਥ ਹੈ ਕਰਾਂਗੇ। ਔਰ ਇਸ ਤੋਂ ਬਿਨਾਂ ਆਪਾਂ ਕਨਸੈਪਟ ਤਾਂ ਸਮਝਾਂਗੇ ਹੀ ਸਮਝਾਂਗੇ, ਟ੍ਰੈਡੀਸ਼ਨਲ ਮੈਥਡਸ ਵੀ ਸਿੱਖਾਂਗੇ ਔਰ ਇਸ ਤੋਂ ਬਿਨਾਂ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਵੀ ਨਾਲ ਹੈ ਜਿਹੜਾ ਪ੍ਰੈਕਟਿਸ ਕਰਾਂਗੇ, ਤਾਂ ਜੋ ਪੇਪਰ ਦੇ ਵਿੱਚ ਜੋ ਵੀ ਤੁਸੀਂ ਕੁਐਸਚਨ ਦੇਖ ਰਹੇ ਹੋ ਤਾਂ ਤੁਹਾਡੇ ਉੱਪਰ ਕੋਈ ਪ੍ਰੈਸ਼ਰ ਨਾ ਹੋਵੇ ਕਿ ਹਾਂ ਇਹ ਨਵਾਂ ਜਿਹਾ ਕੁਐਸਚਨ ਕਿੱਥੋਂ ਆ ਗਿਆ। ਤਾਂ ਹਰ ਟਾਈਪ ਆਫ ਕੁਐਸਚਨ ਨੂੰ ਆਪਾਂ ਕੀ ਕਰਾਂਗੇ, ਪ੍ਰੈਕਟਿਸ ਹੈ ਜਿਹੜਾ ਕਰਾਂਗੇ, ਚਾਹੇ ਉਹ ਮੈਥਸ ਦਾ ਹੈਗਾ ਚਾਹੇ ਉਹ ਰੀਜ਼ਨਿੰਗ ਦਾ ਹੈਗਾ। ਠੀਕ ਹੈ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ GK ਦੀ ਜ਼ਿੰਮੇਵਾਰੀ ਮੇਰੀ ਹੈ, ਸਾਡੇ ਐਪ ਦੇ ਵਿੱਚ ਤੁਹਾਨੂੰ ਥਿਓਰੋਟੀਕਲ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਜਾਏਗੀ, ਪਲੱਸ ਮੈਂ ਤੁਹਾਡੇ ਲਈ ਸਪੈਸ਼ਲ ਟੋਪਿਕਸ ਵੀ ਲਿਆਏ ਸੀ ਜੋ ਹਰ ਸਟੂਡੈਂਟ ਛੱਡ ਕੇ ਜਾਂਦਾ ਹੈ, ਪਲੱਸ ਜੋ ਇੱਕ ਬੂਸਟਰ ਦੀ ਤਰ੍ਹਾਂ ਤੁਹਾਡੇ ਲਈ ਕੰਮ ਕਰੇਗਾ ਉਹ ਹੈ ਕਿ ਆਪਾਂ GK ਦੇ ਜੋ ਪੰਜਾਬ ਪੁਲਿਸ ਦੇ ਜਿੰਨੇ ਵੀ ਇਗਜ਼ਾਮ ਹੋ ਰੱਖੇ ਨੇ ਉਹਨਾਂ ਦੀ GK ਦੇ PYQs ਨੂੰ ਡਿਸਕਸ ਕਰਾਂਗੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜੋ ਆਪਾਂ ਪੜ੍ਹ ਰਹੇ ਹਾਂ, ਜੋ ਆਪਾਂ ਕਰ ਰਹੇ ਹਾਂ, ਉਹ ਆਪਾਂ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ ਜਾਂ ਨਹੀਂ। ਆਪਾਂ ਉਹ ਕਰਕੇ ਕਨਸੈਪਟ ਤਾਂ ਕਲੀਅਰ ਕਰਾਂਗੇ ਹੀ, ਨਾਲ ਦੀ ਨਾਲ ਤੁਹਾਡੇ ਐਕਸਟਰਾ ਕੁਐਸਚਨਸ ਵੀ ਹੋਣਗੇ ਤਾਂ ਕਿ ਤੁਹਾਡੇ ਅੱਗੇ ਇਗਜ਼ਾਮਸ ਦੇ ਵਿੱਚ ਵੀ ਕੰਮ ਆਉਣਗੇ। ਬਾਕੀ ਇੱਕ ਚੀਜ਼ ਇਹ ਵੀ ਹੈ ਜੀ, ਦੇਖੋ ਜਿਵੇਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਮੇ ਬੀ ਤੁਸੀਂ ਨਾ ਦੇਖੇ ਹੋਣ, ਤਾਂ ਇਹਨਾਂ ਬਾਰੇ ਵੀ ਤੁਹਾਨੂੰ ਨਾਲ ਨਾਲ ਦਿਖਾਇਆ ਜਾਊਗਾ, ਦੱਸਿਆ ਜਾਊਗਾ ਵੀ ਜਿਵੇਂ ਪ੍ਰੀਵੀਅਸ ਈਅਰ ਕੁਐਸਚਨਸ ਹੁੰਦੇ ਨੇ ਉਹਨਾਂ 'ਚੋਂ ਕਿਹੜੇ ਕਿਹੜੇ ਕੁਐਸਚਨਸ ਕਿਸ ਕਿਸ ਤਰ੍ਹਾਂ ਕਰਨੇ ਹੁੰਦੇ ਨੇ, ਉਹ ਕੁਐਸਚਨਸ ਤੋਂ ਆਪਾਂ ਨੂੰ ਸਿੱਖਣ ਨੂੰ ਕੀ ਮਿਲਦਾ। ਇਹ ਆਪਾਂ ਡੇਲੀ ਜਿਹੜਾ ਹੈਗਾ ਟਰਾਈ ਕਰਿਆ ਕਰਾਂਗੇ, 20 to 25 ਕੁਐਸਚਨਸ ਕੰਪਲੀਟ ਕਰਿਆ ਕਰਾਂਗੇ, ਚਾਹੇ ਉਹ ਇੰਗਲਿਸ਼ ਦੇ ਨੇ, ਚਾਹੇ ਮੈਥਸ, ਚਾਹੇ ਕੰਪਿਊਟਰ, ਤੁਹਾਨੂੰ ਸਾਰੇ ਹੀ ਕਰਨੇ ਪੈਣਗੇ। ਮੰਨ ਲਓ ਟੋਟਲ ਆਪਣੇ ਕੋਲ 50 ਪੇਪਰਸ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਜੀ ਡਿਫਰੈਂਟ ਸ਼ਿਫਟਾਂ ਦੇ ਵਿੱਚ PP ਦੇ ਪੇਪਰਸ ਹੁੰਦੇ ਨੇ ਪੰਜਾਬ ਪੁਲਿਸ ਦੇ। ਹੁਣ ਇੰਨੇ ਸਾਰੇ ਪੇਪਰ ਕਰਨੇ ਹਰ ਸਟੂਡੈਂਟ ਦੇ ਲਈ ਪੋਸੀਬਲ ਨਹੀਂ ਹੁੰਦੇ ਤੇ ਰਿਕੁਆਇਰਡ ਵੀ ਨਹੀਂ ਹੁੰਦੇ, ਤਾਂ ਹਰ ਪੇਪਰ ਦੇ ਵਿੱਚੋਂ ਜਸਟ ਕੁਝ ਕੁਐਸਚਨਸ ਹੁੰਦੇ ਨੇ ਜਿਸ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ, ਤਾਂ ਉਹ ਹੌਲੀ ਹੌਲੀ ਸਿੱਖਣ ਨੂੰ ਮਿਲੇਗਾ। ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਸੰਧੀਸ ਇੰਸਟੀਚਿਊਟ ਪਟਿਆਲਾ ਦੇ ਵਿੱਚ ਸਪੈਸ਼ਲ ਰਹੇਗੀ। ਇਹਦੇ ਨਾਲ ਨਾਲ ਤੁਸੀਂ ਸੰਧੀਸ ਇੰਸਟੀਚਿਊਟ ਪਟਿਆਲਾ ਦੇ ਵਿੱਚ ਬੈਠ ਕੇ ਆਲਟਰਨੇਟ ਡੇਜ਼ ਦੇ ਉੱਤੇ ਵੀਕਐਂਡ ਦੇ ਉੱਤੇ ਟੈਸਟ ਦੇਣਾ, ਕੰਪਿਊਟਰ ਦੇ ਉੱਤੇ ਬੈਠ ਕੇ ਟੈਸਟ ਦਊਂਗੇ। ਸੇਮ ਪੈਟਰਨ, ਸੇਮ ਲੈਵਲ, ਸੇਮ ਇਨਵਾਇਰਮੈਂਟ ਜਿਹੜਾ ਹੈਗਾ ਕ੍ਰੀਏਟ ਕੀਤਾ ਜਾਊਗਾ, ਉਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਕ੍ਰਿਟੀਕਲ ਐਨਾਲਿਸਿਸ ਹੋਏਗੀ। ਤੁਸੀਂ ਆਪਣੇ ਆਪ ਜਦੋਂ 2-3 ਟੈਸਟ ਦਊਂਗੇ ਤੁਹਾਨੂੰ ਡਿਫਰੈਂਸ ਪਤਾ ਚੱਲੇਗਾ। ਠੀਕ ਹੈ ਜੀ, ਤਾਂ ਸੰਧੀਸ ਇੰਸਟੀਚਿਊਟ ਪਟਿਆਲਾ ਦੇ ਵਿੱਚ ਸਪੈਸ਼ਲੀ ਪੰਜਾਬ ਪੁਲਿਸ ਦੀ ਤਿਆਰੀ 3 ਟੀਚਰਸ ਦੁਆਰਾ ਸਪੈਸ਼ਲ ਕਰਵਾਈ ਜਾ ਰਹੀ ਹੈ। 3 ਟੀਚਰਸ ਦਾ ਜਿਹੜਾ ਬੇਸਿਕ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਮੇ ਬੀ ਪਤਾ ਚੱਲ ਚੁੱਕੀ ਹੋਏਗੀ। ਬਾਕੀ ਇਸ ਚੀਜ਼ ਦੀ ਮੈਂ ਐਸ਼ੋਰੈਂਸ ਲੈਂਦਾ ਕਿ ਜਿੰਨੇ ਤੁਸੀਂ ਐਫਰਟਸ ਸਾਡੇ ਤੋਂ ਐਕਸਪੈਕਟ ਕਰਕੇ ਆਉਂਗੇ ਉਹਦੇ ਤੋਂ ਅਸੀਂ ਜ਼ਿਆਦਾ ਹੀ ਪ੍ਰੋਵਾਈਡ ਕਰਾਂਗੇ। ਸੰਦੇਸ਼ ਇੰਸਟੀਚਿਊਟ ਪਟਿਆਲਾ ਦੇ ਆਲਰੇਡੀ ਜਿਹੜੇ ਰਿਜ਼ਲਟਸ ਨੇ ਉਹ ਤੁਸੀਂ ਦੇਖ ਸਕਦੇ ਹੋ, ਪੜ੍ਹਾਉਣ ਦਾ ਤਰੀਕਾ, ਡੈਮੋ ਵੀਡੀਓਜ਼ ਚੈੱਕ ਕਰ ਸਕਦੇ ਹੋ, ਸਟੱਡੀ ਸਲਿਊਸ਼ਨ ਦੇ ਨਾਲ ਜੁੜੇ ਰਹੇ ਹੋ। ਜਸਟ ਤੁਸੀਂ ਗਾਈਡੈਂਸ ਵਾਲੀਆਂ ਵੀਡੀਓਜ਼ ਵੀ ਜੇ ਸੁਣੀ ਜਾਓਗੇ ਤਾਂ ਤੁਹਾਨੂੰ ਬੈਨੀਫਿਟ ਮਿਲੇਗਾ ਹੀ ਮਿਲੇਗਾ। ਥੈਂਕ ਯੂ।